ਪਤਾ ਨਹੀਂ ਸਾਲਾ ਕੀ ਖਾ ਲਿਆ ਅੱਜ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹੋ ਗਿਆ ਕਾਕਾ? ਕਾਕਾ ਕੀ ਤਕਲੀਫ ਹੈ? ਡਾਕਟਰ ਸਾਹਿਬ ਬਸ ਅੱਜ ਬ੍ਰੈਡ ਜੇ ਤਲ ਕੇ ਖਾ ਲਏ, ਦਰਦ ਹੋ ਜਾਂਦਾ ਉਹਦੇ ਨਾਲ। ਕੋਈ ਚਲਾਓ ਛੂ ਮੰਤਰ ਜਾ ਤੁਹਾਡਾ, ਦਵਾਈ ਲੈਣੀ ਹੈ, ਠੀਕ ਹੋਣਾ। ਹਾਂਜੀ, ਚਿੰਤਾ ਨਾ ਕਰ। ਕਿੱਥੇ ਦਰਦ ਹੈ? ਤਲੀਆਂ ਹੋਈਆਂ ਚੀਜ਼ਾਂ ਘੱਟ ਖਾਇਆ ਕਰ। ਮੈਂ ਦਵਾਈ ਲਿਖ ਕੇ ਦਿੰਦਾ, ਉਹ ਲੈਣੀ ਹੈ। ਕਿਹਦਾ ਫੋਨ ਆ ਗਿਆ? ਹੈਲੋ, ਆਉਣਾ ਆਉਣਾ, ਦੋ ਮਿੰਟ 'ਚ ਹੀ ਆ ਗਿਆ। ਕਾਕਾ ਤੂੰ ਦੋ ਮਿੰਟ ਇੱਥੇ ਬੈਠਣਾ ਅਤੇ ਮੈਂ ਦੋ ਮਿੰਟਾਂ 'ਚ ਹੀ ਆਉਣਾ, ਕੁਛ ਛੇੜੀ ਨਾ। ਚੰਗਾ, ਹੈਲੋ 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 ਹੈਲੋ, ਜਦ ਤੱਕ ਡਾਕਟਰ ਆਉਂਦਾ ਨਹੀਂ ਆਪਾਂ ਫੀਲਿੰਗ ਤਾਂ ਲੈ ਲਈਏ। ਢਿੱਡ ਵੀ ਦਰਦ ਹੋਈ ਜਾਂਦਾ। ਜ਼ਿੰਦਗੀ ਤਾਂ ਯਾਰ ਡਾਕਟਰਾਂ ਦੀ ਹੈ, ਹੈ ਨਾ। ਡਾਕਟਰ ਸਾਹਿਬ ਨਮਸਕਾਰ। ਮੋਢਾ ਬਹੁਤ ਦਰਦ ਕਰੀ ਜਾਂਦਾ, ਬਹੁਤ ਜ਼ਿਆਦਾ ਕਰੀ ਜਾਂਦਾ, ਬਹੁਤ ਦਰਦ ਕਰੀ ਜਾਂਦਾ। ਹੁਣ ਠੀਕ ਕਰੋ। ਹਾਂ ਹਾਂ ਹਾਂ, ਕੋਈ ਗੱਲ ਨਹੀਂ। ਕਿਹੜਾ ਦਰਦ ਕਰ ਰਿਹਾ ਮੋਢਾ? ਆ ਕਰਦਾ ਇੱਥੋਂ। ਅੱਛਾ, ਇਹ ਕਰ ਰਿਹਾ? ਹਾਂ ਇੱਥੋਂ। ਹਾਂ ਨਾ, ਕੋਈ ਗੱਲ ਨਹੀਂ, ਵਧੀਆ ਜੀ ਦਵਾਈ ਦਿਓ ਜੀ। ਡਾਕਟਰ ਸਾਹਿਬ ਮੋਢਾ ਦੁਖਦਾ, ਗੱਲਾਂ ਨਹੀਂ ਦੁਖਦੀਆਂ। ਡਾਕਟਰ ਮੈਂ ਕਿ ਤੂੰ ਪਾਣੀ ਤੋਂ ਬਗੈਰ ਪੀਜਾ ਜੀ, ਬਸ ਝੁਲਸ ਜਾ ਝੁਲਸ ਜਾ ਯਾਰ। ਦੇਖੀ ਦੇਖੀ ਠੀਕ ਹੈ ਜੀ, ਠੀਕ ਹੈ। ਇਹ ਹੁਣ ਨਾ ਘਰੇ ਜਾ ਕੇ ਰਾਤ ਨੂੰ ਸੌਣ ਤੋਂ ਬਾਅਦ ਲੈ ਲਈ, ਸਵੇਰੇ ਉੱਠਣ ਤੋਂ ਪਹਿਲਾਂ ਲੈ ਲਈ। ਸਵੇਰੇ ਉੱਠਣ ਤੋਂ ਪਹਿਲਾਂ? ਹਾਂਜੀ, ਰਾਤ ਨੂੰ ਸੌਣ ਤੋਂ ਬਾਅਦ ਤੇ ਉੱਠਣ ਤੋਂ ਪਹਿਲਾਂ। ਪਹਿਲਾਂ ਜਾ, ਠੀਕ ਹੈ ਜੀ, ਧੰਨਵਾਦ ਜੀ। ਪੈਸੇ ਜੀ? ਉਹ ਯਾਰ ਛੱਡ ਤੂੰ ਵੀ ਕੀ ਯਾਦ ਰੱਖੇ। ਧੰਨਵਾਦ ਜੀ। ਕਾਕਾ ਤੂੰ ਮੇਰੀ ਕੁਰਸੀ ਤੇ ਬੈਠਾ ਕੀ ਕਰਦਾ ਹੈ? ਮੈਂ ਕੀ ਲੇਟ ਹੋ ਗਏ ਸੀਗੇ। ਇਹ ਡਾਕਟਰ ਨਹੀਂ ਹੈਗਾ, ਇਹ ਤਾਂ ਆਪ ਮਰੀਜ਼ ਹੈ। ਤੇ ਤੂੰ ਕਾਕਾ ਦਵਾਈ ਕਿਵੇਂ ਚੱਕੀ ਫਿਰਦਾ? ਮੈਨੂੰ ਤਾਂ ਇਹ ਨਹੀਂ ਦਿੱਤੀ ਹੈਗੀ, ਮੈਨੂੰ ਤਾਂ ਪਿਆਤੀ ਇਹ ਸਾਰੀ, ਠੀਕ ਹੈ। ਹਾਂ, ਪਤਾ ਨਹੀਂ ਕੀ ਹੋਇਆ ਕਾਹਦੀ ਇਹ ਡਾਕਟਰ ਨਹੀਂ ਸੀਗਾ,
ਉਹ ਤਾਂ ਕੁੱਤਿਆਂ ਵਾਲੀ ਦਵਾਈ ਆ ਹੜਕੇ ਕੁੱਤਿਆਂ ਵਾਸਤੇ। ਅੱਛਾ ਹਾਂ ਤੇ ਯਾਰ ਕੰਮ ਹੀ ਗਲਤ ਕਰ ਗਿਆ ਫਿਰ ਇਹ, ਤੁਸੀਂ ਐਂ ਕਿਉਂ ਬਿਠਾਉਣੇ ਹੁੰਦੇ ਇਹਨਾਂ ਨੂੰ? ਹੈਲੋ ਹੈਲੋ ਕੰਜਰ ਦਿਆ, ਮੇਰੇ ਗੱਲ ਨੂੰ ਸਿਆਪਾ ਪਵਾ ਗਿਆ। ਓਹੋ ਐਂਬੂਲੈਂਸ ਵਾਲੇ ਨੂੰ ਫੋਨ ਕਰਦਾ ਫਟਾਫਟ। ਹੈਲੋ ਪੁਲਿਸ ਸਟੇਸ਼ਨ, ਆ ਫਟਾਫਟ ਮੇਰੇ ਕਲੀਨਿਕ ਤੇ ਆਓ ਫਟਾਫਟ, ਸੀਰੀਅਸ ਹੈ ਸੀਰੀਅਸ, ਐਂਬੂਲੈਂਸ ਲੈ ਆਓ। ਉਹ ਮਰੀਜ਼ ਸਿਰ ਕੁੱਤੇ ਵਾਲੀ, ਹਲਕੇ ਕੁੱਤੇ ਵਾਲੀ ਦਵਾਈ ਪੀ ਗਿਆ ਮਰੀਜ਼, ਹਲਕੇ ਕੁੱਤੇ ਵਾਲੀ, ਫਟਾਫਟ ਆ ਜਾਓ, ਫਟਾਫਟ ਆ ਜਾਓ। ਠੀਕ ਹੈ ਜੀ।